ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਕਿਸ਼ਤੀਆਂ 'ਚ ਪੁਲਿਸ ਅਤੇ ਐਕਸਾਈਜ਼ ਵਿਭਾਗ। ਇਹ ਅਨੋਖੀ ਰੇਡ ਹੋਈ ਹੈ ਗੁਰਦਾਸਪੁਰ ਦੇ ਕਾਨੂੰਵਾਲ ਦੇ ਨਾਲ ਲੱਗਦੇ ਪਿੰਡਾਂ 'ਚ। ਦਰਅਸਲ ਇੱਥੇ ਬਿਆਸ ਦਰਿਆ ਦੇ ਲੱਗਦੇ ਪਿੰਡਾਂ ਦੇ ਵਿੱਚ ਅਵੈਧ ਸ਼ਰਾਬ ਦਾ ਧੰਦਾ ਹੋ ਰਿਹਾ ਸੀ, ਜਿਸ ਦੇ ਚੱਲਦੇ ਕਈ ਵਾਰ ਜਾਨੀ ਨੁਕਸਾਨ ਵੀ ਹੋ ਗਿਆ। ਆਖਿਰਕਾਰ ਐਕਸਾਈਜ਼ ਵਿਭਾਗ ਮੁਸਤੈਦ ਹੋਇਆ ਅਤੇ ਰੇਡ ਦੀ ਤਿਆਰੀ ਹੋਈ। ਸਭ ਤੋਂ ਵੱਡੀ ਚੁਣੌਤੀ ਸੀ ਦਰਿਆ ਪਾਰ ਕਰਨਾ, ਇਸ ਲਈ ਦੂਸਰੇ ਪਾਸੋਂ ਗੱਡੀਆਂ ਮੰਗਾਈਆਂ ਗਈਆਂ ਅਤੇ ਇੱਕ ਪਾਸੋਂ ਕਿਸ਼ਤੀ 'ਚ ਬਹਿ ਕੇ ਸਟਾਫ ਰੇਡ ਵਾਸਤੇ ਪਹੁੰਚਿਆ। ਜਦੋਂ ਮੌਕੇ 'ਤੇ ਰੇਡ ਹੋਈ ਤਾਂ ਨਜ਼ਾਰਾ ਕੁਛ ਇਸ ਤਰੀਕੇ ਦਾ ਸੀ, ਤੁਸੀਂ ਆਪ ਹੀ ਵੇਖੋ ਕਿਸ ਤਰੀਕੇ ਨਾਲ ਹੋਈ ਰੇਡ। ਹੁਣ ਤੁਸੀਂ ਸੁਣੋ ਕਿ ਇਸ ਰੇਡ ਦੇ ਵਿੱਚ ਕੀ ਸਫਲਤਾ ਐਕਸਾਈਜ਼ ਵਿਭਾਗ ਨੂੰ ਮਿਲੀ। ਅੱਜ ਅਸੀਂ ਜੁਆਇੰਟ ਰੇਡ ਕੀਤਾ ਵਾ ਆਪਣੇ ATC ਮੈਡਮ ਦੇ ਹੁਕਮ ਅਨੁਸਾਰ, ਅਸਿਸਟੈਂਟ ਐਕਸਾਈਜ਼ ਟੈਕਸ਼ਨ ਕਮਿਸ਼ਨਰ ਮੈਡਮ ਰਾਜਵਿੰਦਰ ਕੌਰ ਬਾਜਵਾ, ਪਿੰਡ ਮੌਜਪੁਰੇ, ਜੋ ਦਰਿਆ ਦੇ ਕੰਢੇ ਦੇ ਵਿੱਚ ਦਰਿਆ ਤੋਂ ਪਾਰ ਕਰਕੇ ਆਪਣੇ ਸਵੇਰ ਦੀ ਆਪਣੀ ਟੀਮ ਸਾਰੀ ਆਈ ਹੈ, ਨਾਲ ਐਕਸਾਈਜ਼ ਮੁਲਾਜ਼ਮ ਸਮੇਤ ਸਟਾਫ ਸਾਰਾ ਆਬਕਾਰੀ, ਅਤੇ 5000 ਲੀਟਰ ਦੇ ਲਗਭਗ ਜਿਹੜੀ ਮਿਲੀ ਲੀਟਰ ਆ ਲਾਂਚ ਜਿਹੜੀ ਅਸੀਂ ਨਸ਼ਟ ਕੀਤੀ ਆ, ਅਤੇ 40-45 ਤਰਪਾਲਾਂ ਅਤੇ 3000 ਦੇ ਲਗਭਗ ਲੀਟਰ ਜਿਹੜੀ ਆ ਵੀ ਆ ਸ਼ਰਾਬ ਤਿਆਰ ਹੋਈ ਇੱਥੋਂ ਦੇਸੀ, ਕੋਈ ਕਰ ਰਿਕਵਰੀ ਕੀਤੀ ਹੈ ਜੀ ਐਕਸਾਈਜ਼ ਡਿਪਾਰਟਮੈਂਟ ਨੂੰ ਜੀ ਆਪਣੇ। ਇਹ ਮੌਜਪੁਰ ਦੇ ਆਪਣੇ ਸਾਰੇ ਲਾਗੇ ਮੌਜਪੁਰ ਪਿੰਡ ਪੈਂਦਾ ਜੀ, ਇਹਨਾਂ ਦਾ ਸ਼ਰਾਬ ਦੇ ਕੰਮ ਆ ਮੇਨ। ਪਿਛਲੇ ਸਾਲ ਵੀ ਕਾਫੀ ਰੇਟ ਕੀਤੀ, ਅੱਜ ਵੀ ਕਾਫੀ ਹਾਰੀ ਰਿਕਵਰੀ ਹੋਈ ਹੈ, ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਹੈ। ਕਾਫੀ ਸਮੇਂ ਤੋਂ ਕੰਮ ਚੱਲਦਾ, ਜਦੋਂ ਵੀ ਸਾਨੂੰ ਇਨਫੋਰਮੇਸ਼ਨ ਡਿਪਾਰਟਮੈਂਟ ਆਉਂਦੀ ਆ ਅਸੀਂ ਉਦੋਂ ਹੀ ਰੇਟ ਕਰ ਦਿੰਦੇ ਹਾਂ। ਅਸੀਂ ਸਰਕਾਰ ਦਾ ਕੋਈ ਰੈਵਨਿਊ ਜਿਹੜਾ ਖਰਾਬ ਨਹੀਂ ਕਰਦੇ, ਠੇਕਿਆਂ ਦੀਆਂ ਸੇਲਾਂ ਬਹੁਤ ਐਵਲੇ ਘੱਟ ਚੱਲਣ ਦੀਆਂ, ਜੋ ਵੀ ਲਾਗੇ ਠੇਕੇ ਜਿਹਨਾਂ ਸਰਕਾਰ ਦਾ ਰੈਵਨਿਊ ਬਣਦਾ ਉਹਨਾਂ ਕੋਲ ਪੂਰਾ ਨਹੀਂ, ਐਕਸਾਈਜ਼ ਦੀਆਂ ਫੀਸਾਂ ਹੋ ਰਹੀਆਂ ਉਹਦੇ ਮੁਤਾਬਕ ਰੇਟ ਕੀਤਾ। ਲੇ ਬੰਦਾ ਨਹੀਂ ਕੋਈ ਆਪਣੇ ਬੰਦੇ ਸਾਰੇ ਭੱਜ ਗਏ, ਆਪਣੇ ਬੰਦਾ ਨਹੀਂ ਤੁਹਾਡੇ ਕਾਬੂ ਆਇਆ, ਪਰ ਇਹ ਆਪਣੇ ਦੌੜ ਗਏ ਬੰਦੇ ਸਾਰੇ, ਰਿਕਵਰੀ ਸਾਡੀ ਹੋ ਗਈ। ਖੈਰ ਇਹੋ ਜਿਹੇ ਇਲਾਕਿਆਂ ਦੇ ਵਿੱਚ ਛਾਪਾਮਾਰੀ ਕਰਨੀ ਕਿਸੇ ਵੀ ਮਹਿਕਮੇ ਲਈ ਆਸਾਨ ਕੰਮ ਨਹੀਂ ਹੈ, ਪਰ ਜ਼ਰੂਰਤ ਹੈ ਅਜਿਹੀਆਂ ਕਾਰਵਾਈਆਂ ਦੇ ਵਾਰ ਵਾਰ ਹੋਣ ਦੀ, ਤਾਂ ਹੀ ਇਸ ਗੋਰਖ ਧੰਦੇ 'ਤੇ ਲਗਾਮ ਕੱਸੀ ਜਾ ਸਕੇਗੀ। ਗੁਰਦਾਸਪੁਰ ਤੋਂ ਦੈਨਿਕ ਮੇਲ ਪੰਜਾਬੀ ਟੀਵੀ ਦੀ ਰਿਪੋਰਟ।